ਤੇ ਇਹਨੂੰ ਪਾਪਾ ਰਾਤ ਨੂੰ ਚਲਾਉਂਦੇ ਹੁੰਦੇ ਸੀ। ਇਹ ਟਰੈਕਟਰ ਕਦੇ ਧੁੱਪ 'ਚ ਨਹੀਂ ਚੱਲਿਆ ਹੋਇਆ ਜੀ। ਓਕੇ, ਸਭ ਤੋਂ ਮੇਨ ਗੱਲ ਹੈ, ਮੇਨ ਗੱਲ ਇਹ ਹੈ ਕਿ ਧੁੱਪ 'ਚ ਨਹੀਂ ਚੱਲਿਆ, ਨਹੀਂ ਤਾਂ ਇੰਨੇ ਸਾਲਾਂ 'ਚ ਇਹਦਾ ਰੰਗ ਜਿਹੜਾ ਸਾਰਾ ਉੜ ਜਾਣਾ ਸੀ। ਠੀਕ ਹੈ ਜੀ, ਕਿਉਂਕਿ ਧੁੱਪ ਆਪਣੇ ਆਪ 'ਚ ਅਲਟਰਾਵਾਇਲਟ ਰੇਜ਼ ਜਿਹੜੀਆਂ ਬਹੁਤ ਹਾਰਮਫੁਲ ਹੁੰਦੀਆਂ ਪੇਂਟਸ ਲਈ। ਹਾਂਜੀ, ਸੋ ਉਹ ਇੱਕ ਰੀਜ਼ਨ ਰਿਹਾ। ਦੂਸਰਾ, ਕਦੇ ਵੀ ਟਰੈਕਟਰ 'ਤੇ ਅੱਜ ਤੱਕ ਕਦੇ ਤਰੇਲ ਨਹੀਂ ਪਈ ਜੀ, ਕਦੇ ਇਹ ਬਾਹਰ ਨਹੀਂ ਰਿਹਾ, ਇਹ ਹਮੇਸ਼ਾ ਗਰਾਜਡ ਰਿਹਾ ਟਰੈਕਟਰ, ਹਮੇਸ਼ਾ ਪਾਰਕ ਹੁੰਦਾ ਰਿਹਾ ਗੈਰੇਜ 'ਚ। ਇੱਕ ਚੀਜ਼ ਤੁਸੀਂ ਕਹਿੰਦੇ ਸੀ ਵੀ ਇਹ ਧੋਂਦੇ ਵੀ ਬਹੁਤ ਘੱਟ ਰਹੇ, ਅਸੀਂ ਧੋਤਾ ਹੀ ਨਹੀਂ ਜੀ ਕਦੇ, ਇੱਕ ਵਾਰ ਵੀ ਨਹੀਂ। ਤੁਸੀਂ ਇਸ ਟਰੈਕਟਰ ਦਾ ਜਿਹੜਾ ਪਾਰਟ ਵੀ ਖੋਲ ਲਓਗੇ, ਤੁਹਾਨੂੰ ਉਹ ਟਰੈਕਟਰ ਉਹ ਇੰਨਾ ਅੰਦਰੋਂ ਨਵਾਂ ਮਿਲੂਗਾ ਜਿੰਨਾ ਫੈਕਟਰੀ ਫਰੈਸ਼ ਹੁੰਦਾ ਜੀ। ਜਿਵੇਂ ਹੁਣ ਥੱਲੇ ਚਲਾ ਗਿਆ ਜੀ, ਆਪਾਂ ਇਹਦੇ 'ਚ ਟ੍ਰੇਲਰ ਜੋੜ ਕੇ ਦੁਬਾਰਾ ਉੱਪਰੋਂ ਬੈਠੇ ਬੈਠੇ ਇਹਨੂੰ ਅਸੀਂ ਜਿਹੜਾ ਆ ਲੌਕ ਕਰ ਸਕਦੇ ਹਾਂ। ਓਕੇ, ਲਓ ਜੀ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ 98% 99% ਟਰੈਕਟਰ 'ਤੇ ਰੰਗ ਜਿਹੜਾ ਓਰੀਜਨਲ ਨਾਲ ਦਾ ਹੈਗਾ ਜੀ। ਬਿਲਕੁਲ, ਆ ਪ੍ਰਾਈਮਰ ਆ ਦੇਖੋ ਜਿਵੇਂ ਵਾਲੇ ਕਾਰਨਰਸ ਨੇ। ਹਾਂਜੀ ਹਾਂਜੀ, ਹੁਣ ਜਿਹੜੇ ਚੀਜ਼ਾਂ ਦੇ ਹੱਥ ਲੱਗਦਾ ਸੀ ਜਦੋਂ ਆਪਾਂ ਕੱਪੜਾ ਮਾਰਦੇ ਹਾਂ, ਯੂਜ਼ ਕਰਦੇ ਹਾਂ, ਉੱਥੇ ਰੰਗ ਅਫਕੋਰਸ ਇੰਨੇ ਸਾਲਾਂ 'ਚ ਲੈ ਜਾਂਦਾ, ਅਤੇ ਉਹਨੂੰ ਤਾਂ ਆਪਾਂ ਨਹੀਂ ਰੋਕ ਸਕਦੇ ਸੀ ਜੀ। ਕੋਈ ਰੰਗ ਦਾ ਕੋਈ ਡਰੋਪਲੇਟ ਵੀ ਨਹੀਂ ਲਾਇਆ ਸੀ, ਕਦੇ ਕਲਮ ਵੀ ਨਹੀਂ ਲੱਗੀ। ਓਕੇ, ਬਾਕੀ ਤੁਸੀਂ ਤਾਂ ਆਪਦੀਆਂ ਅੱਖਾਂ ਨਾਲ ਦੇਖ ਹੀ ਰਹੇ ਵੀ ਇਹ ਵਾਕਈ ਕਿੱਥੇ ਕਿਸ ਪੋਜੀਸ਼ਨ 'ਚ ਖੜ੍ਹਾ ਟਰੈਕਟਰ। ਹਾਂਜੀ ਦੋਸਤੋ, ਅੱਜ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਏ ਹਾਂ ਨਾ, ਜਿਹੜੇ ਬੰਦਿਆਂ ਨੇ IMT 533 ਨਵਾਂ ਨਹੀਂ ਦੇਖਿਆ ਸੀ, ਓਰੀਜਨਲ ਕਲਰ ਨਹੀਂ ਦੇਖਿਆ ਸੀਗਾ, ਅਤੇ ਕਿਵੇਂ ਚੱਲਿਆ ਟਰੈਕਟਰ, ਇਹ ਕਿੰਨਾ ਕੁ ਚੱਲਿਆ ਵਾ, ਉਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆਹ ਟਰੈਕਟਰ ਬਾਰੇ ਨਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਯਕੀਨ ਦਿਵਾਉਣਾ ਔਖਾ ਹੋ ਜਾਊਗਾ ਕਿ ਬਈ ਇਹ ਓਰੀਜਨਲ ਪੇਂਟ ਦੇ ਵਿੱਚ ਆ। ਸਭ ਤੋਂ ਮੇਨ ਗੱਲ, ਨਾਲ ਆਪਣੇ ਖੜ੍ਹੇ ਬਾਈ ਗੁਰਜੀਤ ਸਿੰਘ ਢਿੱਲੋਂ, PB7 ਹੁਸ਼ਿਆਰਪੁਰ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ। ਮਿਹਰਬਾਨੀ ਸਰ, ਥੈਂਕ ਯੂ ਜੀ। ਬਾਈ ਜੀ, ਯਕੀਨ ਜਿਹਾ ਨਹੀਂ ਆਉਂਦਾ ਵੀ ਆਹ ਟਰੈਕਟਰ ਨਵਾਂ ਵਾ ਆਪਣਾ। ਇਹ ਟਰੈਕਟਰ ਦੇਖੋ ਜੀ, ਇੱਦਾਂ ਆ ਵੀ ਓਰੀਜਨਲ ਆ ਜੀ 100%। ਅੱਜ ਤੱਕ ਇੱਕ ਡਰੋਪਲੇਟ ਵੀ, ਅਤੇ ਇਹ ਤਾਂ ਆਪਾਂ ਕਹਿ ਸਕਦੇ ਵੀ ਕੋਈ ਰੰਗ ਦਾ ਕੋਈ ਡਰੋਪਲੇਟ ਵੀ ਨਹੀਂ ਲਾਇਆ ਸੀ, ਕਦੇ ਕਲਮ ਵੀ ਨਹੀਂ ਲੱਗੀ। ਓਕੇ, ਬਾਕੀ ਤੁਸੀਂ ਤਾਂ ਆਪਦੀਆਂ ਅੱਖਾਂ ਨਾਲ ਦੇਖ ਹੀ ਰਹੇ ਵੀ ਇਹ ਵਾਕਈ ਕਿੱਥੇ ਕਿਸ ਪੋਜੀਸ਼ਨ 'ਚ ਖੜ੍ਹਾ ਟਰੈਕਟਰ। ਇਹਦੇ ਚੱਲਣ ਬਾਰੇ ਵੀ ਇੱਕ ਹੈ ਨਾ ਵੀ ਆਪਾਂ ਉਹ ਬਾਅਦ ਵਿੱਚ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜੇ ਆਪਾਂ, ਕਿਉਂਕਿ ਤੁਸੀਂ ਇਸ ਕੰਮ ਦੇ ਵਿੱਚ ਵੀ ਹੁਣ ਕੰਮ ਵੀ ਕਰ ਰਹੇ ਹੋ ਇਸ ਟਰੈਕਟਰਾਂ ਦਾ, ਹੈ ਨਾ, ਮੋਡੀਫਿਕੇਸ਼ਨ ਦਾ ਕੰਮ ਕਰ ਰਹੇ ਹੋ ਜੀ, ਜਿਹੜਾ ਇਹ ਪੇਂਟ ਆ, ਇਹ ਪੇਂਟ ਅੱਜ ਜੇ ਆਪਾਂ ਕਹੀਏ ਦੁਬਾਰਾ ਕਿਸੇ ਟਰੈਕਟਰ ਨੂੰ ਕਰਵਾਉਣਾ, ਵੀ ਇਹੋ ਜਿਹਾ ਪੇਂਟ ਬਣ ਸਕਦਾ? ਇਹ ਸ਼ੇਡ ਨਹੀਂ ਬਣਦਾ ਜੀ, ਇਹਦਾ ਇੱਕ ਰੀਜ਼ਨ ਆ, ਕਿਉਂਕਿ ਇਹ ਜਿੱਦਾਂ ਅੱਜ ਕੱਲ੍ਹ ਪੇਂਟ ਆਉਂਦਾ ਨਾ ਹੈਮਰਟੋਨ ਜਿਹਨੂੰ ਕਹਿੰਦੇ, ਜਿਹੜਾ ਕੂਲਰਾਂ ਵਗੈਰਾ 'ਤੇ ਪੇਂਟ ਕੀਤਾ ਹੁੰਦਾ। ਹਾਂਜੀ, ਸੋ ਉੱਦਾਂ ਦਾ ਕੁਛ ਪੇਂਟ ਆ ਜੀ, ਆਇਲ ਬੇਸਡ। ਓਕੇ, ਸੋ ਇਹਨੂੰ ਰੈਪਲੀਕੇਟ ਕਰਨਾ, ਇਹਨੂੰ ਦੁਬਾਰਾ ਬਣਾਉਣਾ ਸਾਡੇ ਲਈ ਮੁਸ਼ਕਿਲ ਹੈ, ਸਾਨੂੰ ਵੀ ਇੱਕ ਦੋ ਜਗ੍ਹਾ 'ਤੇ ਇਹਦੇ ਟੱਚਅਪ ਦੀ ਲੋੜ ਸੀ। ਹਾਂਜੀ, ਸੋ ਅਸੀਂ ਸੋਚਿਆ ਸੀ ਕਿ ਉਹ ਪਾਰਟਸ ਟੱਚਅਪ ਕਰਨ ਲਈ ਅਸੀਂ ਵੀ ਬਣਾ ਲਈਏ, ਪਰ ਨਹੀਂ ਬਣ ਸਕਿਆ ਜੀ, ਸੇਮ ਨਹੀਂ ਬਣਦਾ। ਮਤਲਬ ਜਿੱਦਾਂ ਇਹਦੇ 'ਚ ਮਟੈਲਿਕ ਵਾਂਗ ਦਾਣੇ ਵੀ ਨੇ, ਹਾਂਜੀ, ਪਰ ਇਹ ਮਟੈਲਿਕ ਹੈ ਵੀ ਨਹੀਂ ਆ। ਠੀਕ ਹੈ, ਸੋ ਬੜਾ ਕੰਪਲੀਕੇਟਡ ਜਿਹਾ ਕਲਰ ਸ਼ੇਡ ਆ ਜੀ ਇਹ। ਇਹਦੇ ਵਿੱਚ ਜਿਹੜਾ ਇਹ ਹੁਣ ਕਲਰ ਆ, ਮੇਰੇ ਹਿਸਾਬ ਨਾਲ ਥੋੜ੍ਹਾ ਜਿਹਾ ਪ੍ਰਾਈਮਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ ਨਾ, ਹਲਕਾ ਹਲਕਾ ਦਿਖ ਰਿਹਾ, ਬਹੁਤ ਘੱਟ ਮਤਲਬ, ਪਰ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ 98% 99% ਟਰੈਕਟਰ 'ਤੇ ਰੰਗ ਜਿਹੜਾ ਓਰੀਜਨਲ ਨਾਲ ਦਾ ਹੈਗਾ ਜੀ। ਬਿਲਕੁਲ, ਹੁਣ ਪ੍ਰਾਈਮਰ ਆ ਦੇਖੋ ਜਿਵੇਂ ਵਾਲੇ ਕਾਰਨਰਸ ਨੇ। ਹਾਂਜੀ ਹਾਂਜੀ, ਹੁਣ ਜਿਹੜੇ ਚੀਜ਼ਾਂ ਦੇ ਹੱਥ ਲੱਗਦਾ ਸੀ ਜਦੋਂ ਆਪਾਂ ਕੱਪੜਾ ਮਾਰਦੇ ਹਾਂ, ਯੂਜ਼ ਕਰਦੇ ਹਾਂ, ਉੱਥੇ ਰੰਗ ਅਫਕੋਰਸ ਇੰਨੇ ਸਾਲਾਂ 'ਚ ਲੈ ਜਾਂਦਾ, ਅਤੇ ਉਹਨੂੰ ਤਾਂ ਆਪਾਂ ਨਹੀਂ ਰੋਕ ਸਕਦੇ ਸੀ ਜੀ। ਅਤੇ ਆਪਾਂ ਇਹਦੇ ਬਾਰੇ ਹੋਰ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਸਵਾਲ ਕਰਨਾ ਚਾਹੂੰਗਾ ਕਿ ਵੀ ਇਸ ਟਰੈਕਟਰ ਨੂੰ ਇੰਨਾ ਸਾਫ਼ ਰੱਖਣ ਦੇ ਵਿੱਚ ਕੀ ਯੋਗਦਾਨ ਰਿਹਾ ਤੁਹਾਡਾ, ਵੀ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਸਾਂਭਿਆ ਹੋਇਆ ਵਾ, ਕਾਰਨ ਕੀ ਰਿਹਾ ਕਿ ਟਰੈਕਟਰ ਇੰਨਾ ਸਾਫ਼ ਰਿਹਾ, ਪੇਂਟ ਇੰਨਾ ਓਰੀਜਨਲ ਰਿਹਾ? ਦੇਖੋ ਜੀ, ਮੇਰਾ ਤਾਂ ਕੋਈ ਯੋਗਦਾਨ ਨਹੀਂ ਜੀ, ਓਨੈਸਟਲੀ ਮੇਰੇ ਫਾਦਰ ਨੇ ਚਲਾਇਆ ਜੀ ਇਹ ਟਰੈਕਟਰ, 1976 'ਚ ਲਿਆ ਸੀ ਅਸੀਂ ਇਹ ਟਰੈਕਟਰ ਨਵਾਂ ਬ੍ਰਾਂਡ ਨਿਊ। ਓਕੇ, ਅਤੇ ਇਹਨੂੰ ਟਰੈਕਟਰ ਨੂੰ ਅਸੀਂ ਬਚਪਨ ਤੋਂ ਦੇਖਦੇ ਆ ਗਏ ਜੀ। ਹਾਂਜੀ, ਇੱਦਾਂ ਹੀ ਇਹ ਇੱਦਾਂ ਹੀ ਦੇਖਦੇ ਹਾਂ, ਇੱਦਾਂ ਹੀ ਸਾਡੀਆਂ ਬਚਪਨ ਤੋਂ ਇਸ ਟਰੈਕਟਰ ਨਾਲ ਫੋਟੋਗ੍ਰਾਫਸ ਨੇ, ਇੱਦਾਂ ਹੀ ਅਸੀਂ ਅੱਜ ਖਿੱਚ ਲਈਦੀਆਂ। ਠੀਕ ਹੈ, ਅਤੇ ਇਹਨੂੰ ਪਾਪਾ ਰਾਤ ਨੂੰ ਚਲਾਉਂਦੇ ਹੁੰਦੇ ਸੀ, ਇਹ ਟਰੈਕਟਰ ਕਦੇ ਧੁੱਪ 'ਚ ਨਹੀਂ ਚੱਲਿਆ ਹੋਇਆ ਜੀ। ਓਕੇ, ਸਭ ਤੋਂ ਮੇਨ ਗੱਲ, ਮੇਨ ਗੱਲ ਇਹ ਹੈ ਕਿ ਧੁੱਪ 'ਚ ਨਹੀਂ ਚੱਲਿਆ, ਨਹੀਂ ਤਾਂ ਇੰਨੇ ਸਾਲਾਂ 'ਚ ਇਹਦਾ ਰੰਗ ਜਿਹੜਾ ਸਾਰਾ ਉੜ ਜਾਣਾ ਸੀ। ਠੀਕ ਹੈ ਜੀ, ਕਿਉਂਕਿ ਧੁੱਪ ਆਪਣੇ ਆਪ 'ਚ ਅਲਟਰਾਵਾਇਲਟ ਰੇਜ਼ ਜਿਹੜੀਆਂ ਬਹੁਤ ਹਾਰਮਫੁਲ ਹੁੰਦੀਆਂ ਪੇਂਟਸ ਲਈ। ਹਾਂਜੀ, ਸੋ ਉਹ ਇੱਕ ਰੀਜ਼ਨ ਰਿਹਾ। ਦੂਸਰਾ, ਕਦੇ ਵੀ ਟਰੈਕਟਰ 'ਤੇ ਅੱਜ ਤੱਕ ਕਦੇ ਤਰੇਲ ਨਹੀਂ ਪਈ ਜੀ, ਕਦੇ ਇਹ ਬਾਹਰ ਨਹੀਂ ਰਿਹਾ, ਇਹ ਹਮੇਸ਼ਾ ਗਰਾਜਡ ਰਿਹਾ ਟਰੈਕਟਰ, ਹਮੇਸ਼ਾ ਪਾਰਕ ਹੁੰਦਾ ਰਿਹਾ ਗੈਰੇਜ 'ਚ। ਇੱਕ ਚੀਜ਼ ਤੁਸੀਂ ਕਹਿੰਦੇ ਸੀ ਵੀ ਇਹ ਧੋਂਦੇ ਵੀ ਬਹੁਤ ਘੱਟ ਰਹੇ, ਅਸੀਂ ਧੋਤਾ ਹੀ ਨਹੀਂ ਜੀ ਕਦੇ, ਇੱਕ ਵਾਰ ਵੀ ਨਹੀਂ। ਤੁਸੀਂ ਇਸ ਟਰੈਕਟਰ ਦਾ ਜਿਹੜਾ ਪਾਰਟ ਵੀ ਖੋਲ ਲਓਗੇ, ਤੁਹਾਨੂੰ ਉਹ ਟਰੈਕਟਰ ਉਹ ਇੰਨਾ ਅੰਦਰੋਂ ਨਵਾਂ ਮਿਲੂਗਾ ਜਿੰਨਾ ਫੈਕਟਰੀ ਫਰੈਸ਼ ਹੁੰਦਾ ਜੀ। ਅੱਜ ਵੀ ਤੁਸੀਂ ਆ ਗਏ ਹਾਂ ਅਤੇ ਅੱਜ ਵੀ ਅਸੀਂ ਕੱਪੜੇ ਨਾਲ ਸਾਫ਼ ਕੀਤਾ, ਦੇਖੋ ਹਲੇ ਵੀ ਡਸਟ ਪਈ ਹੋਈ ਆ। ਹਾਂਜੀ ਹਾਂਜੀ, ਵੀ ਡੂ ਨੋਟ ਵਾਸ਼ ਦਿਸ ਟਰੈਕਟਰ ਐਟ ਆਲ, ਅਸੀਂ ਆਪਣੇ ਕੋਈ ਵੀ ਟਰੈਕਟਰ ਨੂੰ ਵਾਸ਼ ਨਹੀਂ ਕਰਦੇ। ਠੀਕ ਹੈ ਜੀ, ਇਹ ਇੱਕ ਰੀਜ਼ਨ ਆ, ਇਹ ਵੀ ਇਹ ਇੱਕ ਰੀਜ਼ਨ ਹੈ ਜੀ। ਬਿਲਕੁਲ ਜੀ, ਅਸੀਂ ਸੁੱਕਾ ਸਾਫ਼ ਕੀਤਾ ਔਰ ਅਸੀਂ ਕਦੇ ਕੱਦੂ ਨਹੀਂ ਕੀਤਾ ਜੀ ਆਪਣੇ ਟਰੈਕਟਰਾਂ ਨਾਲ। ਅਸੀਂ ਜਦੋਂ ਵੀ ਪੈਡੀ ਦਾ ਕੰਮ ਕਰਦੇ ਹਾਂ ਅਤੇ ਅਸੀਂ ਬਾਹਰੋਂ ਕਿਰਾਏ 'ਤੇ ਟਰੈਕਟਰਸ ਬੁਲਾ ਕੇ ਅਤੇ ਉਹਦੇ ਨਾਲ ਪਡਲਿੰਗ
टोटली ओरिजिनल 100% जी आ सेल्फ भी ओरिजिनल है जी, सर्विस असं आप करते हैं। ओके किन्नी बार खुलिया होगा जी सर्विसिंग लिए रूटीन, पर अज तक किसी 80 तो निशान नहीं होगा जी। ठीक है, एदा सेल्फ बिल्कुल 100% परफेक्ट कंडीशन है जी, कोई बुश नहीं अज तक नवा पिया, कोई एदा आर्मेचर नहीं रिपेयर होया, कोई भी चीज़ रिपेयर नहीं है। ठीक है, ईवन ऑल्टरनेट आ जिहड़ा डायनमो यह भी नाल दा ही है जी। ठीक है, कटआउट्स खराब हो जाते सी, सो यह रिपीटेडली बहुत बारी चेंज हुए ने। बाकी बई तो पता ही लगता डायनमो नाल दा पेंट बिल्कुल सेम पेंट है ना। आज का एसी फ्यूल फीड पंप कहें जी इनू, हाँ जी, यह खराब हो गया सी, असी फिर सर्बिया तो मंगाया सी जी, ये मैसी दे मॉडल्स तो थोड़ा जिहा डिफरेंट आ। ओके, सो ये सानू बाहरों मंगाना पिया सी सर्बिया तो, यही एक पार्ट जिहड़ा रिप्लेस होया जी। ठीक है जी, तो इस तो बाद आ जाता बैक हिस्सा जिहड़ा ये आम ट्रैक्टरां नालों काफ़ी वक्खरा है ना, ये ना जी लग्या होया ऑटो हिच, ऑटोमैटिक हिच है जी। ओके, ये तुम उपर बैठे बैठे ही ट्रेलर जिहड़ा वो जोड़ सकते ये नाल। ठीक है, मतलब थानू थले आने की लड़ नहीं पैंती ट्रैक्टर से। हाँ जी, हाँ जी, उपरों लिफ्ट ऑपरेटेड है जी सारा कुछ, मैं ऑपरेट करके भी दिखा दूंगा। हाँ जी, वीडियो दिखा दिखाओ। हाँ जी, मैं दिखा दें। हाँ जी, ਜਿਵੇਂ ਹੁਣ ਥੱਲੇ ਚਲਾ ਗਿਆ ਜੀ, ਆਪਾਂ ਇਹਦੇ 'ਚ ਟ੍ਰੇਲਰ ਜੋੜ ਕੇ ਦੁਬਾਰਾ ਉੱਪਰੋਂ ਬੈਠੇ ਬੈਠੇ ਇਹਨੂੰ ਅਸੀਂ ਜਿਹੜਾ ਆ ਲੌਕ ਕਰ ਸਕਦੇ ਹਾਂ। ਓਕੇ, ਲਓ ਜੀ, ਇਹ ਟਰੈਕਟਰ ਬਾਈ ਜੀ ਚੱਲਿਆ ਅੰਦਾਜ਼ਾ ਕਿੰਨੇ ਘੰਟੇ ਚੱਲ ਗਿਆ ਹੋਊਗਾ ਇਹ, ਕਿਉਂਕਿ ਜਿਹੜੇ ਹਿਸਾਬ ਨਾਲ ਕੰਡੀਸ਼ਨ ਪਈ ਚੱਲਿਆ ਬਹੁਤ ਘੱਟ ਹੈ ਵੈਸੇ। ਨਹੀਂ, ਇਹ ਬਹੁਤ ਚੱਲਿਆ ਹੋਇਆ ਜੀ ਟਰੈਕਟਰ, ਕਿਉਂਕਿ ਸਾਡੇ ਕੋਲ ਉਦੋਂ ਆਹ ਤੇ ਇੱਕ ਹੋਰ ਟਰੈਕਟਰ ਹੀ ਹੁੰਦਾ ਸੀ ਉਹਨਾਂ ਸਾਲਾਂ 'ਚ। ਅੱਛਾ ਜੀ, ਸੋ ਅਸੀਂ ਜਿੰਨੀ ਵੀ ਵਾਹੀ ਕੀਤੀ ਹੈ ਜੀ ਅੱਜ ਤੱਕ ਸਾਰੀ ਇਹਨਾਂ ਟਰੈਕਟਰਾਂ ਵਾਲੀ ਪ੍ਰਾਈਮ, ਮਤਲਬ ਉਹਨਾਂ ਸਾਲਾਂ 'ਚ, ਹੁਣ ਪਿਛਲੇ 10 ਸਾਲ ਤੋਂ ਅਸੀਂ ਨਹੀਂ ਚਲਾ ਰਹੇ ਇਹਨੂੰ। ਠੀਕ ਹੈ ਜੀ, ਇੰਜਨ ਬਿਲਕੁਲ ਡਾਊਨ ਹੈ ਜੀ ਇਹਦਾ ਹੁਣ। ਓਕੇ, ਓਵਰਹੌਲਿੰਗ 'ਤੇ ਆ, ਪਰ ਅਸੀਂ ਹਾਲੇ ਤੱਕ ਕੀਤਾ ਨਹੀਂ ਇਹਨੂੰ, ਖੋਲਣ ਨੂੰ ਦਿਲ ਨਹੀਂ ਕਰਦਾ ਇਹਨੂੰ ਹੁਣ, ਵੀ ਹੁਣ ਕੰਮ ਆਪਾਂ ਇਸ ਤੋਂ ਲੈਣਾ ਨਹੀਂ ਕਰਦੇ, ਕੰਮ ਅਸੀਂ ਲੈ ਨਹੀਂ ਰਹੇ ਜੀ ਇੱਥੋਂ। ਹਾਂਜੀ, ਹਾਂਜੀ, ਅਤੇ ਆਹ ਸਟੈਂਪਸ ਆ ਜਿਹੜੀਆਂ ਨਾਲ ਬੈਜਿੰਗ ਸੀਗੀ ਇਹ ਸਾਰੇ ਨਾਲ ਦੇ ਨੇ ਜੀ। ਓਕੇ, 2 ਮੀਟਰ ਵੀ ਨਾਲ ਦੇ ਨੇ ਇਸ ਟਰੈਕਟਰ ਦੇ ਹਾਲੇ ਤੱਕ। ਠੀਕ ਹੈ, ਇੱਕ ਆਪਣਾ ਆਇਲ ਪ੍ਰੈਸ਼ਰ ਮੀਟਰ ਨਾਲ ਦਾ ਜੀ, ਅਤੇ ਇੱਕ ਹੈਗਾ ਦੂਜਾ ਐਮਪੇਅਰ ਮੀਟਰ। ਠੀਕ ਹੈ ਜੀ, ਇਹ ਦੋਵੇਂ ਨਾਲ ਦੇ ਨੇ ਜੀ, ਬਾਕੀ ਮੀਟਰ ਤਾਂ ਪਾਣੀ ਵਾਲੇ ਵੀ ਕਈ ਵਾਰੀ ਖਰਾਬ ਹੋਏ ਆ ਜੀ, ਆਵਰ ਮੀਟਰ ਬਹੁਤ ਵਾਰੀ ਰਿਪਲੇਸ ਹੋ ਚੁੱਕਿਆ। ਠੀਕ, ਇਹ ਚੀਜ਼ਾਂ ਰੂਟੀਨ 'ਚ ਜਿਹੜੀਆਂ ਚੇਂਜ ਹੁੰਦੀਆਂ ਰਹੀਆਂ ਜੀ। ਅਤੇ ਜਿਹੜਾ ਸਲੈਂਸਰ ਇਹ ਤੁਸੀਂ ਆਪ ਖੁਦ ਕੀਤਾ ਸੀ? ਹਾਂਜੀ, ਸਲੈਂਸਰ ਸਾਡੇ ਬਾਗ ਨੇ ਜੀ ਐਕਚੁਅਲੀ। ਹਾਂਜੀ, ਪਹਿਲਾਂ ਵੀ ਸੀਗੇ ਅਤੇ ਹੁਣ ਵੀ ਹੈਗੇ ਨੇ, ਤਾਂ ਬਾਗਾਂ ਦੇ ਵਿੱਚ ਫਿਰ ਵੱਡੇ ਉੱਪਰਲੇ ਸਲੈਂਸਰ ਜਿਹੜੇ ਉਹ ਮੁਸ਼ਕਿਲ ਹੁੰਦਾ ਸੀ ਚਲਾਉਣਾ। ਠੀਕ ਹੈ, ਸੋ ਉਹ ਅਸੀਂ ਰਿਪਲੇਸ ਮਤਲਬ ਥੱਲੇ ਕਰਤਾ ਹੋਇਆ ਜੀ। ਠੀਕ ਹੈ ਜੀ, ਮੈਂ PTO ਕੱਪ ਅੱਗੇ ਆਪਾਂ ਖੋਲਿਆ ਸੀ, ਮੈਂ ਦੇਖਿਆ ਸੀਗਾ ਹੈ ਨਾ, ਇਹ ਵੀ ਬਹੁਤ ਸਾਫ਼ ਪਿਆ ਵਾ। ਇਹ PTO ਕੱਪ ਨਾ ਜੀ ਇੱਕ ਵਾਰੀ ਬਾਰਿਸ਼ 'ਚ ਭਿੱਜ ਗਿਆ ਸੀ, ਖੜ੍ਹਾ ਰਿਹਾ ਟਰੈਕਟਰ ਕੁਛ ਮਹੀਨੇ। ਅੱਛਾ ਜੀ, ਇਹਨੂੰ ਰਸਟ ਹੋ ਗਿਆ ਸੀ, ਸੋ ਇਹਨੂੰ ਅਸੀਂ ਸਾਨੂੰ ਖੋਲ ਇਹ ਖੁੱਲ੍ਹ ਨਹੀਂ ਸੀ ਰਿਹਾ ਸੀ, ਫਿਰ ਸਾਨੂੰ ਪਾਈਪ ਰੈਂਚ ਪਾ ਕੇ ਖੋਲ੍ਹਣਾ ਪਿਆ ਸੀ, ਮਤਲਬ ਇੰਨਾ ਜ਼ਿਆਦਾ ਜਾਮ ਹੋ ਗਿਆ ਸੀ। ਠੀਕ ਹੈ, ਅਤੇ ਆਹ ਫਿਰ ਅਸੀਂ ਉਸ ਤੋਂ ਬਾਅਦ ਕੱਪ ਨਵਾਂ ਤਾਂ ਲਿਆਂਦਾ, ਪਰ ਕਲਰ ਨਹੀਂ ਸਾਡੇ ਤੋਂ ਕਰ ਹੋਇਆ ਤਾਂ, ਕਿਉਂਕਿ ਕਲਰ ਮੈਚ ਨਹੀਂ ਕਰ ਰਿਹਾ, ਬਟ ਅੰਦਰੋਂ ਤੁਸੀਂ ਦੇਖੋਗੇ ਤੁਹਾਨੂੰ ਰਸਟ ਕਿਤੇ ਨਹੀਂ ਮਿਲੂਗਾ ਜੀ। ਹਾਂਜੀ, ਨਾ ਹੀ ਕੋਈ ਰਸਟ ਮਿਲੂਗਾ, ਨਾ ਹੀ ਕਿਸੇ ਗਰਾਰੀ 'ਤੇ ਕੋਈ ਟੱਕ ਮਿਲੂਗਾ ਜੀ ਤੁਹਾਨੂੰ। ਬਿਲਕੁਲ ਜੀ, ਅਤੇ ਇਹ ਟਰੈਕਟਰ ਆਪਾਂ ਕਿਹੜੇ ਸੰਨ ਦੇ ਵਿੱਚ ਆਪਣੇ ਬਜ਼ੁਰਗਾਂ ਨੇ ਲਿਆ ਸੀ ਜੀ? ਇਹ ਲਿਆ ਸੀ ਜੀ 76 'ਚ, ਸਾਡੇ ਕੋਲ ਇਹਦੇ ਬਿੱਲਸ ਵੀ ਪਏ ਨੇ ਅਤੇ ਇਹਦਾ ਮੈਨੂਅਲ ਵੀ ਪਿਆ ਜੀ। ਠੀਕ ਹੈ ਜੀ, ਜੀ, ਅਤੇ ਆਹ ਲਾਈਟਸ ਵਗੈਰਾ ਜਿਹੜੀਆਂ ਇਹ ਲਾਈਟਸ ਓਰਿਜਨਲ ਨੇ ਜੀ। ਹਾਂਜੀ, ਅਤੇ ਆਹ ਵਾਲੀ ਲਾਈ ਹੋਈ ਹੈ ਜੀ ਟੈਫੇ ਦੀ ਵੱਡੀ ਲਾਈਟ, ਇਹਨੂੰ ਛੋਟੀਆਂ ਆਉਂਦੀਆਂ ਹੁੰਦੀਆਂ ਸੀ, ਇਹਨੂੰ ਉਹਦੇ ਨਾਲ ਦੀ ਪਿਛਲੀ ਲਾਈਟ ਆਉਂਦੀ ਹੁੰਦੀ ਸੀ। ਠੀਕ ਹੈ, ਆਹ ਹੈੱਡਲਾਈਟਸ ਓਰਿਜਨਲ ਨੇ ਇਹਦੀਆਂ। ਹਾਂਜੀ, ਨਾਲ ਦੀਆਂ ਨੇ ਲਾਈਟਸ। ਠੀਕ ਹੈ, ਅਤੇ ਇੱਕ ਟੈਂਕੀ ਦਾ ਢੱਕਣ ਤੁਸੀਂ ਦਿਖਾ ਰਹੇ ਸੀ, ਬੜਾ ਸਾਫ਼ ਤਰੀਕੇ ਨਾਲ ਤੁਸੀਂ ਰੱਖਿਆ ਹੋਇਆ ਨਾ ਇਹਨੂੰ। ਲਓ ਜੀ, ਮੈਂ ਤੁਹਾਨੂੰ ਟੈਂਕੀ ਦਾ ਢੱਕਣ ਦਿਖਾ ਦਿੰਦਾ ਬਾਈ ਜੀ। ਆਹ ਦੇਖੋ ਜੀ, ਆਹ ਹੁੰਦੀ ਆ ਸੰਭਾਈ, ਕੱਪੜੇ ਕੁੱਪੜੇ ਲਾ ਕੇ ਬਾਈ ਉਹਨਾਂ ਨੇ ਤਸੱਲੀ ਕਰਾਈ ਪਈ ਆ ਪੂਰੀ, ਹੈ ਨਾ, ਜਿਹਨੂੰ ਕਹਿ ਦਿੰਦੇ ਨਾ ਤਸੱਲੀ ਕੀਤੀ ਪਈ ਆ। ਅਤੇ ਇੱਥੋਂ ਜਿਹੜਾ ਪੇਂਟ ਦੇਖੋ ਟੈਂਕੀ ਦਾ, ਹੈ ਨਾ ਬਾਈ ਜੀ, ਸ਼ੀਸ਼ਾ ਪਿਆ। ਹਾਂਜੀ, ਰੇਡੀਏਟਰ ਵੀ ਓਰਿਜਨਲ ਆ ਜੀ, ਕੋਈ ਰਿਪੇਅਰਸ ਨਹੀਂ ਅੱਜ ਤੱਕ ਕਦੇ ਵੀ ਹੋਈਆਂ। ਅੱਛਾ ਜੀ, ਨਾਲ ਦਾ ਰੇਡੀਏਟਰ ਜੀ? ਨਹੀਂ, ਸਾਫ਼ ਰੱਖਣ ਵੱਲੋਂ ਤਾਂ ਬਿਲਕੁਲ ਕਹਿ ਸਕਦੇ ਹਾਂ ਜੀ ਕਿ ਇੰਨਾ ਕੁ ਸਾਫ਼ ਰੱਖਿਆ ਟਰੈਕਟਰ। ਅਤੇ ਆਹ ਮੂਰਲੀ ਗ੍ਰਿਲ ਦਾ ਜਿਹੜਾ ਪੇਂਟ ਆ ਉਹ ਵੀ ਦੇਖੋ ਕਿੰਨਾ ਬਿਲਕੁਲ ਨਾਲ ਮੈਚ ਉਹੀ ਚੀਜ਼ ਹੈ, ਹੈ ਨਾ ਬਾਈ ਜੀ। ਆਹ ਜਿਹੜਾ ਟੱਕ ਹੈ ਨਾ ਜੀ, ਆਹ ਅਸੀਂ ਬਚਪਨ 'ਚ ਵੀ ਦੇਖਦੇ ਹੁੰਦੇ ਸੀ, ਇਹ ਡਿਊਰਿੰਗ ਟ੍ਰਾਂਜ਼ਿਟ ਜਦੋਂ ਇਹ ਟਰੈਕਟਰ ਐਕਚੁਅਲੀ ਬਾਹਰੋਂ ਆਏ ਸੀ। ਅੱਛਾ ਜੀ, ਯੂਗੋਸਲਾਵੀਆ ਤੋਂ, ਅਤੇ ਇਹ ਲੱਕੜ ਦੀਆਂ ਪੇਟੀਆਂ 'ਚ ਪੈਕ ਹੋ ਕੇ ਆਏ ਸੀ। ਓਕੇ, ਅਸੈਂਬਲ ਇੱਥੇ ਹੁੰਦੇ ਸੀ? ਬਿਨਾਂ ਟਾਇਰਾਂ ਤੋਂ ਆਉਂਦੇ, ਬਾਕੀ ਸਾਰਾ ਰੈਡੀ ਹੁੰਦਾ ਸੀ। ਰੈਡੀ ਹੁੰਦਾ ਸੀ, ਠੀਕ ਹੈ। ਮਤਲਬ ਪੇਟੀ 'ਚ ਟਾਇਰ ਅਲੱਗ ਹੁੰਦੇ ਸੀ, ਬਾਕੀ ਟਰੈਕਟਰ ਜਿਹੜਾ
ਪੈਕਡ ਹੁੰਦਾ ਸੀ, ਸਟੈਕ ਕੀਤਾ ਹੁੰਦਾ ਸੀ ਉਹਦੇ ਚ। ਠੀਕ ਹੈ ਜੀ। ਤੇ ਇਹ ਚੰਡੀਗੜ੍ਹ ਡਿਪੂ ਤੋਂ ਲੈ ਕੇ ਆਏ ਸੀ ਜੀ। ਅੱਛਾ ਜੀ। ਉੱਥੋਂ ਟਾਇਰ ਫਿੱਟ ਕਰਕੇ ਤਾਂ ਲੈ ਆਂਦਾ ਸੀ ਜੀ। ਠੀਕ ਹੈ। ਉਦੋਂ ਯਾਨੀ ਕਿ ਉਦੋਂ ਟ੍ਰਾਂਜ਼ਿਟ 'ਚ ਨਿਸ਼ਾਨ ਸੀ ਤੇ ਉਦੋਂ ਦਾ ਅੱਜ ਤੱਕ ਵੀ ਉਦੋਂ ਦਾ ਉਦਾਂ ਹੀ ਆ ਜੀ। ਠੀਕ ਹੈ। ਤੇ ਇਹ ਟਰੈਕਟਰ ਜਿਵੇਂ ਰਾਤ ਨੂੰ ਚੱਲਦਾ ਹੁੰਦਾ ਉਹ ਤਾਂ ਤੁਸੀਂ ਦੱਸਿਆ ਨਾ ਵੀ ਕਿਤੇ ਕੋਈ ਆਏ ਨਹੀਂ ਕਿਸੇ ਨੇ ਜਾਂ ਉੱਤੇ ਵੇਹੇ ਝੜੀਟ ਮਾਰਤੀ ਹੋਵੇ ਜਾਂ ਕੋਈ ਵੱਜ ਵੁੱਜ ਗਿਆ ਹੋਵੇ ਕਾਹੇ। ਬਾਈ ਜੀ ਕਦੇ ਟਰੈਕਟਰ ਸੁਣਨਾ ਛੱਡਿਆ ਨਹੀਂ ਜੀ। ਅੱਛਾ ਜੀ। ਕਦੇ ਵੀ ਨਹੀਂ। ਕੀ ਬਾਤ ਹੈ ਜੀ। ਤੇ ਹੁਣ ਵੀ ਇਹ ਟਰੈਕਟਰ ਮੇਰੇ ਹਿਸਾਬ ਨਾਲ ਤੁਸੀਂ ਇਹ ਟਰੈਕਟਰ ਕਿਸੇ ਕਿਸੇ ਬੰਦੇ ਨੂੰ ਦਿਖਾਉਣੇ ਆ, ਆਮ ਨੂੰ ਆਏ ਹਰ ਇੱਕ ਨੂੰ ਨਹੀਂ। ਸਾਡੇ ਤੁਹਾਨੂੰ ਕਿਸੇ ਵੀ ਬਲੌਗ ਤੇ ਵੀਡੀਓ ਨਹੀਂ ਮਿਲੂਗੀ ਜੀ ਇਸ ਟਰੈਕਟਰ ਦੀ। ਹਾਂਜੀ ਠੀਕ ਹੈ ਜੀ। ਹੁਣ ਇੱਕ ਸਾਡੇ ਹੋਰ ਮਿੱਤਰ ਨੇ ਜੀ ਤੁਹਾਡੇ ਨਾਲ ਹੀ ਆਏ ਹੋਏ ਨੇ, ਉਹਨਾਂ ਨੇ ਵੀ ਲੈ ਕੇ ਜਾਣਾ ਅੱਜ ਵੀਡੀਓ ਬਲੌਗ। ਅਦਰਵਾਈਜ਼ ਅਸੀਂ ਮਤਲਬ ਨਹੀਂ ਬਲੌਗਸ ਵਗੈਰਾ ਨਹੀਂ ਬਣਾਏ ਜੀ ਕਦੇ ਇਸ ਟਰੈਕਟਰ ਦੇ। ਠੀਕ ਹੈ ਜੀ ਠੀਕ ਹੈ। ਨਹੀਂ ਬਹੁਤ ਸਾਫ਼ ਟਰੈਕਟਰ ਹੈ ਬਾਈ ਜੀ। ਅਤੇ ਸਭ ਤੋਂ ਮੇਨ ਚੀਜ਼ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਜਿਹਨੇ ਨਵਾਂ ਟਰੈਕਟਰ ਇਹ ਨਹੀਂ ਦੇਖਿਆ ਗਾ, ਪੁਰਾਣੇ ਜਿਹੜੇ ਬਜ਼ੁਰਗਾਂ ਨੇ ਉਹ ਤਾਂ ਵਾਕਈ ਕਹਿਣਗੇ ਵਾਕਈ ਭਾਈ ਵੀ ਇਹੋ ਜਿਹਾ ਟਰੈਕਟਰ ਹੀ ਆਉਂਦਾ ਹੁੰਦਾ, ਇਹੋ ਜਿਹੀ ਵੇਖਦੇ ਹੁੰਦੇ ਸੀ ਨਵੇਂ ਟਰੈਕਟਰ ਵੀ ਇਹ। ਹਾਂਜੀ। ਉਹ ਨਵਿਆਂ ਵਾਲੀ ਤੁਸੀਂ ਜਿਹੜੀ ਪੂਰੀ ਲੁੱਕ ਰੱਖੀ ਹੋਈ ਆ ਪੂਰੀ, ਅਤੇ ਅੱਜ ਵੀ ਪਤਾ ਲੱਗਦਾ ਵੀ ਵਾਕਈ ਬਾਈ ਨਵਿਆਂ ਵਰਗਾ ਹੀ ਆ। ਇਹਦਾ ਜਿਹੜਾ ਅਸੀਂ ਰਿਪਲੇਸ ਕੀਤਾ ਹੋਇਆ ਜੀ ਏਅਰ ਕਲੀਨਰ ਦਾ ਜਿਹੜਾ ਬੋਲ ਆ। ਅੱਛਾ ਜੀ। ਕਿਉਂਕਿ ਅਸੀਂ ਜਦੋਂ ਇਹਨੂੰ ਯੂਜ਼ ਕਰਦੇ ਸੀ ਇਹਨੂੰ ਦੂਜੇ ਟਾਈਪ ਦਾ ਆਇਆ ਹੋਇਆ ਨਾਲ ਛੋਟੇ ਵਾਲਾ, ਠੀਕ ਹੈ, ਉਹ ਵੀ ਪਏ ਆ ਸਾਡੇ ਕੋਲ। ਅੱਛਾ। ਪਰ ਉਹਦਾ ਇਹਦਾ ਐਡਵਾਂਟੇਜ ਇਹ ਹੁੰਦਾ ਸੀ ਕਿ ਇਹ ਮਿੱਟੀ ਇੱਥੇ ਪਹਿਲਾਂ ਰੋਕ ਲੈਂਦਾ ਹੁੰਦਾ ਸੀ, ਸੋ ਏਅਰ ਕਲੀਨਰ ਦੀ ਜਿਹੜੀ ਆਇਲ ਚੇਂਜ ਇੰਟਰਵਲ ਥੋੜ੍ਹਾ ਜਿਹਾ ਵੱਧ ਜਾਂਦਾ ਸੀ। ਠੀਕ ਹੈ। ਸੋ ਇਹ ਕਈ ਲੋਕ ਤੁਹਾਨੂੰ ਕਮੈਂਟ 'ਚ ਕਹਿਣਗੇ ਵੀ ਓਰਿਜਨਲ ਨਹੀਂ ਹੈ, ਸੋ ਮੈਂ ਦੱਸ ਦਿੰਦਾ ਵੀ ਆਪਾਂ ਕਾਰਨ ਵੀ ਦੱਸ ਸਕਦੇ ਹਾਂ ਇਹਦਾ ਵੀ ਇਹ ਕਾਰਨ ਆ ਅਤੇ ਆਪਣੇ ਕੋਲ ਓਰਿਜਨਲ ਪਿਆ ਵੀ ਆ। ਹਾਂਜੀ ਹੈ ਨਾ ਜੀ। ਜੀ ਬਿਲਕੁਲ। ਵੀ ਇਹ ਵੀ ਚੀਜ਼ ਹੈਗੀ ਆ। ਠੀਕ ਹੈ ਬਾਈ। ਅਤੇ ਬਾਈ ਬਹੁਤ ਧੰਨਵਾਦ ਤੁਹਾਡਾ, ਟਾਈਮ ਵਿੱਚੋਂ ਟਾਈਮ ਕੱਢ ਕੇ ਤੁਸੀਂ ਟਾਈਮ ਦਿੱਤਾ ਸਾਨੂੰ। ਕੋਈ ਗੱਲ ਨਹੀਂ ਬਾਈ ਜੀ, ਵੈਲਕਮ। ਇੱਕ ਆਪਾਂ ਬਹੁਤ ਵੱਖਰੀ ਚੀਜ਼ ਆਪਣੇ ਦਰਸ਼ਕਾਂ ਨੂੰ ਦਿਖਾਈ, ਅਤੇ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਵੈਲਕਮ ਬਾਈ ਜੀ। ਅਤੇ ਦੋਸਤੋ ਦੇਖ ਲਓ ਵੀ ਅੱਜ ਦਾ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਨਵੇਂ ਟਰੈਕਟਰ ਦੇ ਤੁਹਾਨੂੰ ਦਰਸ਼ਨ ਕਰਵਾ ਦੇਣੇ ਆ, ਉਹੀ ਗੱਲ ਆ ਕਿ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ। ਅਤੇ ਕਾਫੀ ਵੀਰਾਂ ਨੇ ਹੁਣ ਕਮੈਂਟ ਦੇ ਵਿੱਚ ਇਹ ਵੀ ਕਹਿਣਾ ਕਿ ਯਾਰ ਉੱਪਰ ਪੇਂਟ ਹੋਇਆ ਹੋਊਗਾ ਇੰਨਾ ਸਾਫ਼ ਰਹਿ ਨਹੀਂ ਸਕਦਾ, ਹੈ ਨਾ। ਅਤੇ ਉਹ ਬਿਲਕੁਲ ਇਸ ਗੱਲ ਦੀ ਗਰੰਟੀ ਫੁੱਲ ਹੈਗੀ ਆ ਕਿ ਟਰੈਕਟਰ ਜਿੰਨਾ ਵੀ ਹੈਗਾ ਪੂਰਾ ਓਰੀਜਨਲ ਟਰੈਕਟਰ ਹੈ। ਅਤੇ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ, ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ।